ਜੀ ਦੋਸਤੋ, ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਤੋਂ ਅੱਜ ਇੱਕ ਦਫ਼ਾ ਫਿਰ ਇੱਕ ਨਵੇਂ ਟੋਪਿਕ ਅਤੇ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ, ਜਦੋਂ ਅਸੀਂ ਕਿਸੇ ਕੰਟਰੀ ਦਾ ਅਸੀਂ ਸੋਚਦੇ ਹਾਂ ਕਿ ਅਸੀਂ ਇਹਨੂੰ ਵਿਜ਼ਿਟ ਕਰਦੇ ਹਾਂ, ਉਹ ਚਾਹੇ ਫੈਮਿਲੀ ਵੀਕੇਸ਼ਨ ਹੋਵੇ, ਚਾਹੇ ਅਸੀਂ ਟਰੈਵਲ ਹਿਸਟਰੀ ਬਣਾਉਣੀ ਹੋਵੇ, ਉਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਆਪਣਾ ਬਜਟ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਅਤੇ ਅਸੀਂ ਨਾ ਕੰਟਰੀ ਦਾ ਕੋਸਟ ਆਫ ਲਿਵਿੰਗ ਚੈੱਕ ਕਰਦੇ ਹਾਂ ਆਪਣੇ ਮੁਖਤਲਿਫ ਰਿਸੋਰਸਿਸ ਦੇ ਨਾਲ ਕਿ ਇਹਦਾ ਕੋਸਟ ਆਫ ਲਿਵਿੰਗ ਕੀ ਹੈ, ਮੇਰਾ ਬਜਟ ਇਤਨਾ ਕਰ ਅਤੇ ਮੈਂ ਕਿਤਨੇ ਦਿਨ ਉੱਥੇ ਈਜ਼ੀਲੀ ਆਪਣੀ ਫੈਮਿਲੀ ਦੇ ਨਾਲ, ਜਾਂ ਤੁਸੀਂ ਅਲੋਨ ਹੋ ਤਾਂ ਤੁਸੀਂ ਕਿਤਨੇ ਦਿਨ ਉੱਥੇ ਕਰ ਸਕਦੇ ਹਾਂ। ਅੱਛਾ, ਸਮ ਟਾਈਮ ਇਸ ਤਰ੍ਹਾਂ ਹੁੰਦਾ ਕਿ ਮੈਂ ਵੀ ਜਿਸ ਤਰ੍ਹਾਂ ਵਾ, ਮੈਂ ਕਿਸੇ ਕੰਟਰੀ 'ਚ ਜਾਂਦਾ ਵਾਂ, ਮੈਂ ਦੇਖਦਾ ਕਿ ਯਾਰ ਮੈਂ ਜਿਸ ਤਰ੍ਹਾਂ ਇਹਨੂੰ ਐਕਸਪਲੋਰ ਕਰਨਾ ਚਾਹੁੰਦਾ ਸੀ ਉਸ ਤਰ੍ਹਾਂ ਹੋਇਆ ਨਹੀਂ, ਕਿਉਂ ਇਹ ਆਊਟ ਆਫ ਬਜਟ ਹੋ ਜਾਣਾ ਮੈਂ ਅਗਰ ਜ਼ਿਆਦਾ ਦਿਨ ਸਟੇਅ ਕਰੂੰਗਾ। ਦੋਸਤੋ, ਇਹ ਜਿਹੜੀ ਵੀਡੀਓ ਆ ਨਾ, ਇਹ ਉਹਨਾਂ ਦੋਸਤਾਂ ਵਾਸਤੇ ਆ, ਚਾਹੇ ਉਹ ਰਿਚ ਆ, ਚਾਹੇ ਉਹ ਮਿਡਲ ਕਲਾਸ ਆ, ਚਾਹੇ ਉਹ ਜੋਬ ਵਾਲੇ ਬੰਦੇ ਆ। ਦੋ ਕੰਟਰੀ ਐਸੇ ਆ ਕਿ ਜਿਹੜਾ ਹਰ ਬੰਦੇ ਦੀ ਦਸਤਰਸ ਦੇ ਵਿੱਚ ਆ। ਤੁਸੀਂ ਇੱਕ ਵੀਕ ਨਹੀਂ, ਦੋ ਵੀਕ ਨਹੀਂ, ਤੁਸੀਂ 30 ਡੇਜ਼ ਉੱਥੇ ਰਹਿ ਸਕਦੇ ਹਾਂ। ਇਹ ਦੋਵਾਂ ਕੰਟਰੀਆਂ ਦੇ ਵਿੱਚ ਨਹਾਇਤ ਚੀਪ ਆ, ਅਗਰ ਤੁਸੀਂ ਕੰਪੇਅਰ ਕਰੋ ਅਮੈਰੀਕਾ, ਕੈਨੇਡਾ, ਆਪਣਾ UK ਜਾਂ ਯੂਰਪ ਦੇ ਮੋਸਟ ਆਫ ਦਾ ਕੰਟਰੀਜ਼, ਉਹਨਾਂ ਨਾਲੋਂ ਬਹੁਤ ਜ਼ਿਆਦਾ ਚੀਪ ਆ। ਅੱਛਾ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਮੇਰੀ ਨੂੰ ਐਂਡ ਤੱਕ ਦੇਖਣਾ, ਅਗਰ ਵੀਡੀਓ ਪਸੰਦ ਆਵੇ ਪਲੀਜ਼ ਇਹਨੂੰ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ। ਜਿਹੜੇ ਮੇਰੇ ਦੋਸਤ ਪਹਿਲੀ ਦਫ਼ਾ ਮੇਰੀ ਵੀਡੀਓ ਦੇਖ ਰਹੇ ਆ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਅਤੇ ਥੈਂਕ ਯੂ ਸੋ ਵੈਰੀ ਮੱਚ ਜੀ। ਚਲੋ ਜੀ, ਇਹਦੀ ਵੀਡੀਓ ਤਰਫ ਚੱਲਦੇ ਹਾਂ। ਅੱਛਾ, ਜਿਹਨਾਂ ਦੋਸਤਾਂ ਨੇ ਆਪਣੀ ਟਰੈਵਲ ਹਿਸਟਰੀ ਬਣਾਉਣੀ ਆ ਉਹ ਵੀ, ਤਾਂ ਜਾਂ ਜਿਹੜੇ ਬੰਦੇ ਆਪਣੇ ਹਨੀਮੂਨ ਵਾਸਤੇ ਜਾਣਾ ਚਾਹੁੰਦੇ ਆ, ਜਾਂ ਆਪਣਾ ਬੱਚਿਆਂ ਨੂੰ ਵਕੇਸ਼ਨ ਵਾਸਤੇ, ਹੋਲੀਡੇਜ਼ ਵਾਸਤੇ ਲੈ ਕੇ ਜਾਣਾ ਚਾਹੁੰਦੇ ਆ, ਇਹ ਉਹਨਾਂ ਵਾਸਤੇ। ਅੱਛਾ ਜੀ, ਪਹਿਲਾ ਕੰਟਰੀ ਹੈਗਾ ਜੀ ਇੰਡੋਨੇਸ਼ੀਆ। ਤੁਸੀਂ ਜਿਸ ਤਰ੍ਹਾਂ ਜਾਣਦੇ ਕਿ ਇਹ ਏਸ਼ੀਆ ਦਾ ਕੰਟਰੀ ਆ, ਇਹਦਾ ਜਿਹੜਾ ਵਾ ਕੈਪੀਟਲ ਜਕਾਰਤਾ ਵਾ, ਬਹੁਤ ਖੂਬਸੂਰਤ ਪਲੇਸ ਆ। ਇਹਦੀ ਆਬਾਦੀ ਤਕਰੀਬਨ, ਇਹ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਇਹ ਫੋਰਥ ਪਾਪੂਲੇਟਡ ਏਰੀਆ ਵਾ ਇਨ ਦਾ ਵਰਲਡ। ਬਹੁਤ ਜ਼ਿਆਦਾ ਇਹਦੀ ਪਾਪੂਲੇਸ਼ਨ ਹਾਈ ਹੈ ਇਹਦੀ, ਠੀਕ ਆ। ਇਸ ਕੰਟਰੀ ਦਾ ਜਿਹੜਾ ਹੈਗਾ ਨਾ ਕੋਸਟ ਆਫ ਲਿਵਿੰਗ, ਅਗਰ ਤੁਸੀਂ ਕੰਪੇਅਰ ਕਰਦੇ ਆ ਸਿੰਗਾਪੁਰ ਦੇ ਨਾਲ, 60% ਚੀਪਰ ਦੈਨ ਸਿੰਗਾਪੁਰ ਆ, ਠੀਕ ਆ। ਅਤੇ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਇਹਦਾ ਜਿਹੜਾ ਵਾ ਅਪਾਰਟਮੈਂਟ ਉੱਥੇ ਲੱਭ ਜਾਂਦਾ ਇੱਕ ਮੰਥ ਵਾਸਤੇ ਨਾ, ਸਟੂਡੀਓ ਫਲੈਟ ਜਾਂ 1 ਬੈਡਰੂਮ ਹਾਲ। ਅਗਰ ਤੁਸੀਂ ਥੋੜ੍ਹਾ ਜਿਹਾ ਸਰਚ ਕਰੋ ਨਾ, ਤੁਹਾਨੂੰ ਇਹਦਾ ਅਪਾਰਟਮੈਂਟ 1 ਬੈਡਰੂਮ ਹਾਲ ਜਿਹੜਾ ਵਾ ਉਹ 250 ਦੇ ਅਰਾਊਂਡ ਲੱਭ ਜਾਊਗਾ ਇੱਕ ਮੰਥ ਦਾ। ਹੋਟਲ ਨਾਲੋਂ ਇਹ ਬਿਹਤਰ ਹੈਗਾ ਵਾ, ਇੱਕ ਮੰਥ ਉੱਥੇ ਰੁਕੋ, $250 ਆ। ਤੁਸੀਂ ਮਤਲਬ ਮੀਆਂ ਬੀਵੀ ਹੋ, ਅਗਰ ਕਪਲ ਹੋ ਤਾਂ ਇੱਕ ਬੱਚਾ ਵਾ, ਤੁਸੀਂ ਬੜੇ ਈਜ਼ੀਲੀ ਰਹਿ ਸਕਦੇ ਹਾਂ। ਗਰੋਸਰੀ ਇਹਦੀ ਇੱਕ ਮੰਥ ਦੀ ਤਕਰੀਬਨ ਆ ਜਾਂਦੀ ਆ $20 ਤੋਂ ਲੱਗਦਾ, $30 ਤੇ ਡਿਪੈਂਡ ਕਰਦਾ। ਅਤੇ ਅਗਰ ਤੁਸੀਂ ਟੈਕਸੀ ਥੋੜ੍ਹੀ ਜਿਹੀ ਇੱਥੇ ਐਕਸਪੈਂਸਿਵ ਹੋਣੀ ਆ ਜਕਾਰਤਾ, ਸਪੈਸ਼ਲੀ ਜਕਾਰਤਾ ਸਿਟੀ ਦੇ ਵਿੱਚ। ਅਤੇ ਅਗਰ ਤੁਸੀਂ ਇੱਕ ਟੈਕਸੀ ਲੈਂਦੇ ਨਾ ਇੱਕ ਦਿਨ ਵਾਸਤੇ ਪੂਰਾ ਸਿਟੀ ਘੁੰਮਣ ਵਾਸਤੇ, ਤਕਰੀਬਨ ਉਹ $17 ਤੋਂ ਲੱਗਦਾ, $20 ਤੱਕ ਵੀ ਚਾਰਜ ਕਰ ਸਕਦੇ ਆ। ਅਗਰ ਤੁਸੀਂ ਉਹੀ ਬੱਸ ਪਾਸ ਲੈ ਲੈਂਦੇ ਆ, $15 ਦਾ ਬੱਸ ਪਾਸ ਆ ਪੂਰੇ ਮੰਥ ਦਾ, ਅਤੇ ਤੁਸੀਂ ਬਾਲੀ ਬੀਚ ਜਾਓ, ਜਕਾਰਤਾ ਸਿਟੀ ਘੁੰਮੋ, ਆਊਟ ਐਂਡ ਆਊਟ ਜਿੱਦਾਂ ਮਰਜ਼ੀ ਉੱਥੇ ਘੁੰਮੋ, ਫਿਰ ਇੱਕ ਮੰਥ। ਅਗਰ ਤੁਸੀਂ ਮਤਲਬ ਬਿਹਤਰ, ਮੈਂ ਵੈਸੇ ਮਸ਼ਵਰਾ ਦਊਂਗਾ ਕਿ ਅਗਰ ਤੁਸੀਂ ਕਪਲ ਜਾ ਰਹੇ ਹੋ, ਠੀਕ ਆ, 4 ਵੀਕਾਂ ਅਗਰ ਰਹਿਣੀਆਂ ਵਾ, 4 ਦਿਨ ਤੁਸੀਂ ਜਾਓ ਹੋਟਲ 'ਚ ਖਾਓ, ਲੇਕਿਨ ਤੁਸੀਂ ਫੂਡ ਆਪਣੇ ਘਰ ਬਣਾਓਗੇ, $20 ਦੀ ਤੁਹਾਡੀ ਪੂਰੇ ਮੰਥ ਦੀ ਗਰੋਸਰੀ ਆ ਜਾਣੀ ਆ, ਠੀਕ ਆ।
ਵੀਜ਼ਾ ਦਾ ਬਹੁਤ ਈਜ਼ੀ ਲੱਭ ਜਾਂਦਾ ਵਾ ਪਾਕਿਸਤਾਨ 'ਚੋਂ ਵੀ ਇੰਡੀਆ ਦੇ ਵਿੱਚੋਂ ਵੀ। ਅਗਰ ਕੋਈ ਬੰਦਾ ਵਿਜ਼ਿਟ ਕਰਨਾ ਚਾਹੁੰਦਾ ਵਾ ਜਾਂ ਤੁਹਾਨੂੰ ਜਦੋਂ ਵੀ ਕਦੇ ਟਾਈਮ ਲੱਗੇ ਆਪਣੀ ਫੈਮਿਲੀ ਨੂੰ ਜ਼ਰੂਰ ਵਿਜ਼ਿਟ ਕਰਵਾਓ, ਬੱਚਿਆਂ ਨੂੰ ਲੈ ਕੇ ਜਾਓ। ਅਗਰ ਕਿਸੇ ਬੰਦੇ ਨੇ ਟਰੈਵਲ ਹਿਸਟਰੀ ਬਣਾਉਣੀ ਆ, ਇਹਦੇ ਉੱਤੇ ਮੈਂ ਖੈਰ ਇੰਡੋਨੇਸ਼ੀਆ ਦੇ ਉੱਤੇ ਸ਼ਾਇਦ ਮੈਂ ਵੀਡੀਓ ਬਣਾਈ ਆ, ਕੰਬੋਡੀਆ, ਮਲੇਸ਼ੀਆ, ਸਿੰਗਾਪੁਰ, ਇਹ ਤੁਸੀਂ ਟਰੈਵਲ ਹਿਸਟਰੀ ਵੀ ਇਹਨਾਂ ਦੀ ਬਣਾ ਸਕਦੇ ਆ। ਇਹ ਬਹੁਤ ਬਿਹਤਰੀਨ ਕੰਟਰੀ ਆ ਵਿਜ਼ਿਟ ਵਾਸਤੇ ਵੀ, ਟਰੈਵਲ ਹਿਸਟਰੀ ਵਾਸਤੇ। ਅੱਛਾ ਜੀ, ਦੂਸਰਾ ਕੰਟਰੀ ਹੈਗਾ ਜੀ ਪੇਰੋ। ਇਹਦਾ ਜਿਹੜਾ ਕੈਪੀਟਲ ਆ ਉਹ ਲੀਮਾ ਵਾ। ਉਹਦੀ ਆਬਾਦੀ ਤਕਰੀਬਨ 3,50,00,000 34.5 ਮਿਲੀਅਨ ਹੈਗੀ ਆ ਉਹਦੀ ਆਬਾਦੀ। ਇਹ ਵੰਸ ਇਨ ਆ ਲਾਈਫ ਟਾਈਮ ਐਕਸਪੀਰੀਅੰਸ ਆ। ਬਹੁਤ ਬਿਊਟੀਫੁਲ ਕੰਟਰੀ ਆ, ਬਹੁਤ ਪੂਅਰ ਆ, ਵਿਜ਼ਿਟਰ ਵਾਸਤੇ ਇਹ ਹੈਵਨ ਆ। ਜਿਹੜੇ ਬੰਦੇ ਰੀਅਲ ਵਿਜ਼ਿਟਰ ਆ ਨਾ, ਜਾਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਇੱਧਰ ਉੱਧਰ, ਬਹੁਤ ਖੂਬਸੂਰਤ ਆ। ਇਹਦੀ ਇੰਬੈਸੀ ਜਿਹੜੀ ਆ ਪਾਕਿਸਤਾਨ 'ਚ ਨਹੀਂ ਹੈ, ਇੰਡੀਆ ਦੇ ਵਿੱਚ ਹੈ, ਦਿੱਲੀ ਦੇ ਵਿੱਚ ਪਾਕਿਸਤਾਨ ਦਾ। ਉਹ ਤੁਹਾਨੂੰ ਮੈਂ ਦੱਸਦਾ ਐਂਡ 'ਤੇ ਦੱਸੂੰਗਾ ਇਹਦਾ ਤੁਸੀਂ ਕਿਸ ਤਰ੍ਹਾਂ ਵੀਜ਼ਾ ਲੈ ਸਕਦੇ ਆ, ਟੂਰਿਸਟ ਵੀਜ਼ਾ। ਬਹੁਤ ਬਿਹਤਰੀਨ ਕੰਟਰੀ ਆ। ਤਕਰੀਬਨ ਉੱਥੇ ਜਿਹੜਾ ਵਾ ਨਾ ਅਪਾਰਟਮੈਂਟ, ਉਹ $300 to $350 ਦਾ ਇੱਕ ਮੰਥ ਦਾ ਲੱਭ ਜਾਂਦਾ ਵਾ। ਬਹੁਤ ਈਜ਼ੀਲੀ ਉੱਥੇ ਤੁਹਾਨੂੰ ਅਵੇਲੇਬਲ ਆ। ਕੋਈ 375 ਦੇ ਵੀ ਲੱਗੇ ਸੀਗੇ, ਮੈਂ ਥੋੜ੍ਹੇ ਦਿਨ ਪਹਿਲਾਂ ਚੈੱਕ ਕਰ ਰਿਹਾ ਸੀ, ਮੋਸਟ ਆਫ ਦੈਮ 350 ਦੀ ਰੇਂਜ ਆ, 300 to 350। ਅਤੇ ਪੂਰੇ ਘਰ ਦੀ ਜਿਹੜੀ ਗਰੋਸਰੀ ਆ, ਅਗਰ ਤੁਸੀਂ ਘਰ ਕੁੱਕ ਕਰਦੇ ਆ, ਅਰਾਊਂਡ $30 ਦੀ ਆ ਜਾਵੇਗੀ। ਅਗਰ ਡਾਲਰਾਂ ਦੇ ਵਿੱਚ ਤੁਸੀਂ ਦੇਖਿਓ ਆਪੇ ਕਿੰਨੇ ਬਣਦੇ ਆ, $30 ਦੀ ਇਹਦੀ ਆ ਜਾਂਦੀ ਗਰੋਸਰੀ। ਬੈਸਟ ਪੈਸ ਜਿਹੜਾ ਵਾ $20 ਦਾ ਇੱਕ ਮੰਥ ਆ। ਇਹ ਟੈਕਸੀ ਤੁਸੀਂ ਜਿਸ ਤਰ੍ਹਾਂ ਜਾਣਦੇ ਆ ਕਿ ਟੈਕਸੀ ਹਰ ਕੰਟਰੀ ਦੇ ਵਿੱਚ ਥੋੜ੍ਹੀ ਜਿਹੀ ਐਕਸਪੈਂਸਿਵ ਹੁੰਦੀ ਹੈ। ਟੈਕਸੀ ਇੱਕ ਦਿਨ ਦਾ $14 ਚਾਰਜ ਕਰਦੀ ਆ ਪੂਰੇ ਸਿਟੀ ਦਾ। ਅਤੇ ਬਿਹਤਰ ਹੈ ਬੱਸ ਪੈਸ ਲਓ। ਅਤੇ ਬਹੁਤ ਬਿਹਤਰੀਨ ਕੰਟਰੀ ਆ ਇਹਦੀ, ਇਹਦੇ ਜਿਹੜੇ ਆ ਲੈਂਡਮਾਰਕਸ ਦੇਖਣ ਦੇ ਕਾਬਲ ਆ। ਅੱਛਾ, ਉੱਥੇ ਇੱਕ ਹੋਰ ਚੀਜ਼ ਵੀ ਹੈਗੀ ਆ ਕਿ ਅਗਰ ਤੁਹਾਨੂੰ ਕੋਈ ਵਰਕ ਪਰਮਿਟ ਦੇ ਦਿੰਦਾ ਵਾ ਕਿ ਤੁਸੀਂ 2 ਸਾਲ ਬਾਅਦ ਐਲੀਜੀਬਲ ਹੋ ਆਪਣੀ ਪਰਮਾਨੈਂਟ ਰੈਜੀਡੈਂਸੀ ਵਾਸਤੇ, ਇਹਦਾ ਪਾਸਪੋਰਟ ਬਹੁਤ ਪਾਵਰਫੁੱਲ ਆ, ਤੁਹਾਨੂੰ ਲੈਂਗੁਏਜ ਸਿੱਖਣੀ ਪੈਂਦੀ ਉੱਥੇ ਆ, ਉੱਥੇ ਦੀ ਨਾ। ਬਹੁਤ ਬਿਹਤਰੀਨ ਕੰਟਰੀ ਆ ਟਰੈਵਲ ਹਿਸਟਰੀ ਵਾਸਤੇ ਵੀ। ਅੱਛਾ, ਇਹਦੀ ਸਿਰਫ ਥੋੜ੍ਹੀ ਜਿਹੀ ਟਿਕਟ ਮਹਿੰਗੀ ਆ। ਅਗਰ ਤੁਸੀਂ ਆਫ ਸੀਜ਼ਨ ਜਾਂਦੇ ਆ, ਆਊਟ ਆਫ ਮੇਰੇ ਮੂੰਹੋਂ ਨਿਕਲ ਗਿਆ, ਆਫ ਸੀਜ਼ਨ ਜਾਂਦੇ ਆ ਨਾ ਤੁਸੀਂ, ਜਾਂ ਤੁਸੀਂ ਕਿਸੇ ਟਰੈਵਲ ਏਜੰਟ ਨੂੰ ਪਤਾ ਕਰੋ, ਉਹ ਨਾ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਕਨੈਕਟਿੰਗ ਫਲਾਈਟ ਦੇ ਦਿੰਦਾ ਵਾ। ਜਿਹੜੀ ਕਨੈਕਟਿੰਗ ਫਲਾਈਟ ਹੁੰਦਾ ਉਹਦਾ ਥੋੜ੍ਹਾ ਜਿਹਾ ਲੇ ਓਵਰ ਜ਼ਿਆਦਾ ਹੁੰਦਾ ਵਾ, ਮਤਲਬ 10 ਆਵਰ ਦਾ ਲੇ ਓਵਰ ਹੋਏਗਾ, ਸਟੇ ਹੋਏਗਾ ਕਿਸੇ ਹੋਰ ਕੰਟਰੀ 'ਚ, ਉੱਥੋਂ ਫਿਰ ਫਲਾਈਟ ਉੱਡਦੀ ਆ। ਜਿਸ ਤਰ੍ਹਾਂ ਮੈਂ ਦੱਸਿਆ ਕਿ ਇੰਡੀਆ ਦੇ ਵਿੱਚ ਇਹਦੀ ਹੈ ਵਾ ਦਿੱਲੀ ਦੇ ਵਿੱਚ ਇਹਦੀ ਇੰਬੈਸੀ, ਦੂਸਰਾ ਪਾਕਿਸਤਾਨੀਆਂ ਨੂੰ ਇਹਦੀ ਐਮਬੈਸੀ ਹੈਗੀ ਹੈ ਕਤਰ ਦੇ ਵਿੱਚ, ਜਾਂ ਇਹਦੀ ਐਮਬੈਸੀ ਹੈਗੀ ਹੈ ਦੁਬਈ ਦੇ ਵਿੱਚ। ਕਤਰ ਦੇ ਵਿੱਚ ਜਾਓਗੇ, ਉਹਦੇ ਵਿੱਚ ਇਸ ਤਰ੍ਹਾਂ ਵਾ ਕਿ ਕਤਰ 'ਚ ਤੁਹਾਨੂੰ ਪਾਕਿਸਤਾਨੀਆਂ ਨੂੰ ਨਾ ਐਂਟਰੀ ਆ, ਉਹ ਤੁਹਾਨੂੰ ਮੈਂ ਦੱਸ ਦਿੰਦਾ ਐਂਟਰੀ ਉਹ ਸਭ ਕੁਛ ਬੰਦਿਆਂ ਨੂੰ ਨਹੀਂ ਵੀ ਦਿੰਦੇ। ਤੁਸੀਂ ਬਿਹਤਰ ਹੈ ਕਿ ਤੁਸੀਂ ਹੋਟਲ ਬੁਕਿੰਗ ਕਰਵਾ ਕੇ ਕਤਰ ਦੀ ਜਾਓ, ਫਿਰ ਉਹ ਐਂਟਰੀ ਕਨਫਰਮ ਹੋ ਜਾਂਦੀ ਆ, ਠੀਕ ਆ। ਅਤੇ ਇਹਦਾ ਵੀਜ਼ਾ ਕੋਈ ਇਤਨਾ ਮੁਸ਼ਕਿਲ ਨਹੀਂ ਗਾ, ਥੋੜ੍ਹਾ ਜਿਹਾ ਬੈਂਕ ਬੈਲੈਂਸ ਚਾਹੀਦਾ ਵਾ, ਵੀਜ਼ਾ ਦਾ ਈਜ਼ੀਲੀ ਲੱਭ ਜਾਂਦਾ ਵਾ। ਪੇਰੋ ਦਾ ਜ਼ਰੂਰ ਘੁੰਮੋ, ਬਿਹਤਰੀਨ ਕੰਟਰੀ ਆ ਇਹ ਸਾਊਥ ਅਮੈਰੀਕਾ ਦਾ। ਅਤੇ ਦੋਸਤੋ, ਉਮੀਦ ਕਰਦਾ ਵਾਂ ਕਿ ਜਿਹੜੇ ਮੇਰੇ ਦੋਸਤ ਆ ਵਿਜ਼ਿਟਰ ਆ, ਅਤੇ ਜਾਂ ਆਪਣੀ ਟਰੈਵਲ ਹਿਸਟਰੀ ਬਣਾਉਣਾ ਚਾਹੁੰਦੇ ਆ,
ਇਹ ਦੋ ਕੰਟਰੀਆਂ ਨੂੰ ਜ਼ਰੂਰ ਵਿਜ਼ਿਟ ਕਰੋ ਜਦੋਂ ਵੀ ਲਾਈਫ ਦੇ ਵਿੱਚ ਟਾਈਮ ਲੱਗਿਆ। ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ, ਅਤੇ ਆਪਣਾ ਖਿਆਲ ਰੱਖਿਓ। ਅਗਲੀ ਵੀਡੀਓ 'ਤੇ ਫਿਰ ਮੈਨੂੰ ਇਜਾਜ਼ਤ ਦਿਓ ਜੀ। ਗੁੱਡ ਲੱਕ।